ਦੋਸਤੋ ਸਤਿ ਸ਼੍ਰੀ ਅਕਾਲ ਮੈਂ ਸਤਵਿੰਦਰ ਸਿੰਘ ਹਾਜ਼ਰ ਹਾਂ ਜੀ ਲੈ ਕੇ ਪ੍ਰੋਗਰਾਮ ਖਾਸ ਖਬਰ ਤੇ ਇੱਕ ਨਜ਼ਰ ਖਾਸ ਖਬਰ ਤੇ ਇੱਕ ਨਜ਼ਰ ਪ੍ਰੋਗਰਾਮ ਦੇ ਵਿੱਚ ਪਿਛਲੇ ਹਫ਼ਤੇ ਦੀਆਂ ਕੁਝ ਖਾਸ ਖਬਰਾਂ ਉੱਤੇ ਵਿਚਾਰ ਚਰਚਾ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇਹਨਾਂ ਸਾਰੀਆਂ ਖਬਰਾਂ ਉੱਤੇ ਵਿਚਾਰ ਚਰਚਾ ਕਰਨ ਵਾਸਤੇ ਮੇਰੇ ਨਾਲ ਸ਼ਾਮਲ ਹੁੰਦੇ ਨੇ ਜੱਗੀ ਢਿੱਲੋਂ ਜੀ ਜੱਗੀ ਢਿੱਲੋਂ ਜੀ ਪਿਆਰ ਵਿੱਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੇ ਦੋਸਤੋ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਉਹਨਾਂ ਦੋਸਤਾਂ ਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਹੁੰਦਾ ਜਿਨ੍ਹਾਂ 'ਚ ਸ਼ਾਮਿਲ ਨੇ ਪਾਲੀ ਵਿਰਕ ਜੀ ਕੁਆਲਿਟੀ ਟਰਾਂਸਮਿਸ਼ਨ ਵਾਲੇ ਹਰਪਿੰਦਰ ਸਿੰਘ ਸਿੱਧੂ ਜਿਹੜੇ ਕਿ ਇੰਸ਼ੋਰੈਂਸ ਬ੍ਰੋਕਰ ਨੇ JPS ਔਲਖ ਜਿਹੜੇ ਕਿ ਮਾਰਗੇਜ ਐਕਸਪਰਟ ਨੇ ਅਤੇ ਅਲੋਹਾ ਮਾਈਂਡ ਮੈਥ ਵਾਲਿਆਂ ਦਾ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਢਿੱਲੋਂ ਸਾਹਿਬ ਇੱਕ ਆਪਾਂ ਇੱਥੇ ਵੇਖਿਆ ਕਿ ਅਲਬਰਟਾ ਅਸੈਂਬਲੀ ਦੇ ਵਿੱਚ ਜਿਹੜੀ ਹੈ ਓਨਟਾਰੀਓ ਦੀ ਪ੍ਰੀਮੀਅਰ ਹੈਗੀ ਹੈ ਉਹ ਆਈ ਸੀ ਉਹਨੂੰ ਲੈ ਕੇ ਇੱਕ ਕੰਟਰੋਵਰਸੀ ਜਿਹੜੀ ਹੈਗੀ ਹੈ ਚਰਚਾ ਦਾ ਇੱਕ ਵਿਸ਼ਾ ਬਣਿਆ ਰਿਹਾ ਔਰ ਇੱਕ MLA Wildrose ਉਹਨੂੰ ਵੀ ਐਕਸਪੈਲ ਕਰਨ ਦੀ ਜਿਹੜੀ ਹੈਗੀ ਹੈ ਉਹ ਗੱਲ ਤੁਰੀ ਹੈਗੀ ਹੈ ਕਰ ਵੀ ਦਿੱਤਾ ਮੁੜ ਕੇ ਵਾਪਸ ਲੈਣ ਦੀ ਵੀ ਗੱਲ ਜਿਹੜੀ ਹੈਗੀ ਹੈ ਇਹ ਕੀ ਇੰਨਾ ਜ਼ਿਆਦਾ ਮਤਲਬ ਸਖ਼ਤ ਐਕਸ਼ਨ ਲੈਣੇ ਪੈ ਗਿਆ ਕਿ Wildrose ਪਾਰਟੀ ਨੂੰ ਆਪਣਾ ਇੱਕ MLA ਵੀ ਜਿਹੜਾ ਹੈ ਐਕਸਪੈਲ ਕਰਨਾ ਪੈ ਗਿਆ ਸਤਿੰਦਰ ਜੀ ਗੱਲ ਜਿਹੜੀ ਹੈ ਉਹ ਲਾਰਜਲੀ ਇਹ ਆ ਜਾਂਦੀ ਹੈ ਕਿ ਤੁਸੀਂ ਕੋਈ ਵੀ ਕਿਸੇ ਵੀ ਜਗ੍ਹਾ ਦੇ ਉੱਤੇ ਇੱਕ ਪਬਲਿਕ ਜਦੋਂ ਫਿਗਰ ਬਣ ਜਾਂਦੇ ਹੋ ਤੁਸੀਂ ਕੋਈ ਵੀ ਗੱਲ ਕਹਿੰਦੇ ਹੋ ਕੋਈ ਵੀ ਚੀਜ਼ ਕਨਵੇ ਕਰਦੇ ਹੋ ਔਰ ਕਿਹੜੀ ਜਗ੍ਹਾ ਦੇ ਉੱਤੇ ਕਿਸ ਤਰੀਕੇ ਨਾਲ ਕਨਵੇ ਕਰਦੇ ਹੋ ਉਹਦਾ ਬੜਾ ਇੰਪੈਕਟ ਪੈਂਦਾ ਸ਼ਾਇਦ ਕਈ ਵਾਰੀ ਕੀ ਹੁੰਦਾ ਕਿ ਜਿਹੜੀਆਂ ਵੱਡੀਆਂ ਹਸਤੀਆਂ ਤੋਂ ਮੇਰੀ ਮੁਰਾਦ ਹੈਗੀ ਹੈ ਕਿ ਜਦੋਂ ਇਨਸਾਨ ਕਿਸੇ ਨਾ ਕਿਸੇ ਪੁਜੀਸ਼ਨ 'ਤੇ ਪਹੁੰਚ ਜਾਂਦਾ ਉਹ ਸ਼ਾਇਦ ਇਹ ਗੱਲਾਂ ਭੁੱਲ ਜਾਂਦਾ ਕਿ ਜਿਹੜੀਆਂ ਬੇਸਿਕ ਐਥਿਕਸ ਹੈਗੀਆਂ ਨੇ ਉਹ ਸੁਸਾਇਟੀ ਦੀਆਂ ਚੇਂਜ ਨਹੀਂ ਹੁੰਦੀਆਂ ਉਹ ਚਾਹੇ ਤੁਸੀਂ ਇੱਕ ਆਰਡਨਰੀ ਸਿਟੀਜ਼ਨ ਹੋ ਇੱਕ ਆਰਡਨਰੀ ਪ੍ਰੋਵਿੰਸ ਦੇ ਵਿੱਚ ਇੱਕ ਐਜ਼ ਏ ਆਰਡਨਰੀ ਪਰਸਨ ਰਹਿ ਰਹੇ ਹੋ ਜਾਂ ਤੁਸੀਂ ਕੱਲ੍ਹ ਨੂੰ MLA ਬਣ ਕੇ ਅਸੈਂਬਲੀ 'ਚ ਬਹਿ ਜਾਓ ਜਾਂ ਤੁਸੀਂ ਰਾਈਜ਼ ਕਰਕੇ ਪ੍ਰੀਮੀਅਰ ਬਣ ਜਾਓ ਜਾਂ ਕੱਲ੍ਹ ਨੂੰ MP ਬਣ ਜਾਓ ਜਾਂ ਤੁਸੀਂ ਕਿਸੇ ਪਬਲਿਕ ਪੋਸਟ ਤੇ ਪਬਲਿਕ ਅੱਛੀ ਪੋਜੀਸ਼ਨ 'ਤੇ ਤੁਸੀਂ ਚਲੇ ਜਾਂਦੇ ਹੋ ਜਿਹੜੀ ਬੇਸਿਕ ਐਥਿਕਸ ਨੇ ਜਾਂ ਜਿਹਨੂੰ ਅਸੀਂ ਇੱਕ ਨੋਰਮਲ ਬਿਹੇਵੀਅਰ ਹਿਊਮਨ ਬੀਂਗਸ ਦਾ ਐਕਸਪੈਕਟ ਕੀਤਾ ਜਾਂਦਾ ਇੱਕ ਸਿਵਲਾਈਜ਼ਡ ਸੁਸਾਇਟੀ ਦੇ ਵਿੱਚ ਉਹ ਚੀਜ਼ਾਂ ਲਾਰਜਲੀ ਸੇਮ ਰਹਿੰਦੀਆਂ ਨੇ ਬਦਲਦੀਆਂ ਨੇ ਹੁਣ ਤੁਸੀਂ ਜਿਹੜੇ ਇੰਸੀਡੈਂਟ ਦੀ ਗੱਲ ਕੀਤੀ ਹੁਣ ਉਹਦੇ 'ਚ ਇਹ ਵੀ ਤੁਸੀਂ ਇੱਕ ਬਾਹਰਲੇ ਪ੍ਰੋਵਿੰਸ ਦੇ ਪ੍ਰੀਮੀਅਰ ਦੀ ਵਿਜ਼ਿਟ ਜਿਹੜੀ ਹੈ ਤੁਹਾਡੇ ਪ੍ਰੋਵਿੰਸ 'ਚ ਹੋ ਰਹੀ ਹੈ ਤੁਹਾਡੀ ਅਸੈਂਬਲੀ ਦੇ ਵਿੱਚ ਉਹ ਐਜ਼ ਏ ਗੈਸਟ ਹੈਗੀ ਹੈ ਅਗਰ ਉਹ ਗੈਸਟ ਹੈਗੀ ਹੈ ਤਾਂ ਉਹ ਇਕੱਲੀ ਰਿਚਲ ਨੋਟਲੇ ਦੀ ਗੈਸਟ ਨਹੀਂ ਹੈ ਸਟੇਟ ਗੈਸਟ ਹੀ ਹੋ ਗਈ ਆਪਾਂ ਜਿਵੇਂ ਕਹਿ ਲਏ ਹਾਂਜੀ ਤੇ ਉਹ ਅਗਰ ਵਿਜ਼ਿਟਿੰਗ ਅਗਰ ਪ੍ਰੀਮੀਅਰ ਆ ਔਰ ਇੱਕ ਬੜੀ ਇੰਪੋਰਟੈਂਟ ਸਟੇਟ ਆ ਪ੍ਰੋਵਿੰਸ ਆ ਕੈਨੇਡਾ ਦੀ ਓਨਟੈਰੀਓ ਉਹਦੀ ਇੱਕ ਇੰਪੋਰਟੈਂਟ ਪੋਜੀਸ਼ਨ ਆ ਪੂਰੇ ਕੈਨੇਡਾ ਦੇ ਵਿੱਚ ਉਹਦੀ ਇੱਕ ਰਿਸਪੈਕਟੇਬਲ ਪੋਜੀਸ਼ਨ ਆ ਨੋਟ ਓਨਲੀ ਦੈਟ ਅਗਰ ਕੱਲ੍ਹ ਨੂੰ ਤੁਹਾਡੀ ਪ੍ਰੋਵਿੰਸ ਦੀ ਅਗਰ ਪ੍ਰੀਮੀਅਰ ਅਗਰ ਕਿਤੇ ਜਾਂਦੀ ਹੈ ਤੇ ਅਸੀਂ ਸਾਰੇ ਐਜ਼ ਅਲਬਰਟਨਸ ਇਹ ਐਕਸਪੈਕਟ ਕਰਾਂਗੇ ਕਿ ਜੀ ਉਹਦੇ ਨਾਲ ਜੋ ਡੈਕੋਰਮ ਹੋਣਾ ਚਾਹੀਦਾ ਉਹ ਇੱਕ ਬਿਫਿਟਿੰਗ ਡੈਕੋਰਮ ਜਾਂ ਬਿਫਿਟਿੰਗ ਬਿਹੇਵੀਅਰ ਹੋਣਾ ਚਾਹੀਦਾ ਆ ਟੂਵਰਡਸ ਦੈਟ ਵਿਜ਼ਿਟਿੰਗ ਪ੍ਰੀਮੀਅਰ ਭਾਵੇਂ ਉਹ ਅਲਬਰਟਾ ਤੋਂ ਜਿਹੜਾ ਇਹ ਕੰਡਕਟ ਜਿਹੜਾ ਆ ਉਹ Wildrose ਦੇ MLAs ਵੱਲੋਂ ਕੀਤਾ ਗਿਆ ਔਰ ਸਪੈਸ਼ਲੀ ਜਿਹੜੇ ਉਹਨਾਂ ਦੇ ਫਾਈਨੈਂਸ ਕ੍ਰਿਟਿਕ ਹੈਗੇ ਨੇ MLA ਡਾਇਰੈਕਟ ਜਿਹੜੇ ਸਟੈਸਮੋਰ ਬਰੁਕਸ ਵਾਲੀ ਜਿਹੜੀ ਉਹਨਾਂ ਦੀ ਰਾਈਡਿੰਗ ਹੈਗੀ ਆ ਉੱਥੋਂ ਉੱਥੇ ਹੈਗੇ ਨੇ ਅਤੇ ਉਹ ਤੁਸੀਂ ਲੱਖ ਕਿਸੇ ਦੀ ਪੋਲਿਸੀਜ਼ ਤੋਂ ਡਿਫਰ ਕਰਦੇ ਹੋ ਤੁਸੀਂ ਉਹਨਾਂ ਦੇ ਕਿਸੇ ਵੀ ਜਿਹੜਾ ਪੈਟਰਨ ਜਿਸ ਪੈਟਰਨ 'ਤੇ ਪ੍ਰੋਵਿੰਸ ਚੱਲਿਆ ਹੈ ਜਾਂ ਚਲਾਇਆ ਗਿਆ ਉਹਦੇ ਨਾਲ ਤੁਸੀਂ ਡਿਫਰ ਕਰਦੇ ਹੋ ਤੁਸੀਂ ਨਹੀਂ ਐਗਰੀ ਕਰਦੇ ਉਹ ਉਸ ਪ੍ਰੋਵਿੰਸ ਦੀ ਅਤੇ ਉਸ ਪ੍ਰੋਵਿੰਸ ਦੇ ਜਿਹੜੇ ਲੋਕਾਂ ਦੀ ਜਿਹੜੀ ਹੈਗੀ ਆ ਉਹ ਹੈਡੇਕ ਹੈ ਠੀਕ ਹੈ ਜੀ ਤੁਹਾਨੂੰ ਡਾਇਰੈਕਟ ਇੰਪੈਕਟ ਨਹੀਂ ਹੈ ਤੁਹਾਡਾ ਕੰਮ ਇਹ ਹੈਗਾ ਕਿ ਤੁਸੀਂ ਜੋ ਤੁਹਾਡਾ ਰੋਲ ਆ ਤੁਸੀਂ ਅਲਬਰਟਨਸ ਵਾਸਤੇ ਕੀ ਸਹੀ ਹੈ ਉਹਦੇ ਵਾਸਤੇ ਤੁਸੀਂ ਸੋਚੋ ਔਰ ਉਹਦੇ ਵਾਸਤੇ ਤੁਸੀਂ ਰੌਲਾ ਵੀ ਪਾਓ ਤੁਹਾਡਾ ਰੌਲਾ ਸੁਣੇਗਾ ਵੀ ਔਰ ਉਹਦਾ ਰੌਲਾ ਪਾਏ ਦਾ ਇਫੈਕਟ ਵੀ ਹੋਏਗਾ ਤੁਸੀਂ ਇੱਕ ਵਿਜ਼ਿਟਿੰਗ ਪ੍ਰੀਮੀਅਰ ਹੈਗੇ ਆ ਉਹਨੂੰ ਤੁਸੀਂ ਇੱਕ ਡਿਸਗ੍ਰੇਸਫੁਲ ਤਰੀਕੇ ਨਾਲ ਬਿਹੇਵ ਕਰਦੇ ਹੋ ਤੁਹਾਡਾ ਕੁਸ਼ਚਨ ਪੁੱਛਣ ਦਾ ਜਾਂ ਬੋਲਣ ਦਾ ਜਿਹੜਾ ਸਟਾਈਲ ਹੈ ਅਗਰ ਰੂਡ ਹੋਵੇ ਦੈਟ ਡਜ਼ ਨੋਟ ਬਿਹੇਵ ਆਫ ਅ ਰਿਸਪੋਂਸੀਬਲ ਪਰਸਨ ਜਿਹੜਾ ਕਿ ਜਿੱਤ ਕੇ ਪਾਰਲੀਮੈਂਟ ਸੋਰੀ ਅਸੈਂਬਲੀ 'ਚ ਬੈਠਾ ਹੋਇਆ ਜਿੱਥੇ ਕਿ ਉਹਨਾਂ ਤੋਂ ਐਕਸਪੈਕਟ ਕੀਤਾ ਜਾਂਦਾ ਹੈ ਕਿ ਉਹਨਾਂ ਨੇ ਇੱਕ ਸਾਰੀ ਪ੍ਰੋਵਿੰਸ ਉਹਨਾਂ ਵੱਲ ਦੇਖ ਰਹੀ ਹੁੰਦੀ ਹੈ ਉਹਨਾਂ ਨੇ ਪ੍ਰੋਵਿੰਸ ਨੂੰ ਲੀਡ ਕਰਨਾ ਦਿਸ਼ਾ ਦੇਣੀ ਹੈ ਜਿਹੜੇ ਲੋੜੀਂਦੇ ਕਾਨੂੰਨ ਨੇ ਉਹ ਬਣਾਉਣੇ ਨੇ ਜਿਹੜੇ ਪਿਛਲੇ ਹੈਗੇ ਨੇ ਜਿਹੜੇ ਨਹੀਂ ਠੀਕ ਉਹਨਾਂ ਨੂੰ ਸੋਧਣਾ ਆ ਤੇ ਤੁਸੀਂ ਤੁਹਾਡੇ ਛੋਟੇ ਛੋਟੇ ਬਿਹੇਵੀਅਰ ਜਿਹੜੇ ਨੇ ਉਹ ਇੱਕ ਇੰਨੇ ਇਰੀਟੈਂਟ ਬਣ ਜਾਣ ਕਿ ਸਾਰਾ ਫੋਕਸ ਜਿਹੜਾ ਆ ਉਹ ਨੋਨ ਇਸ਼ੂ ਤੇ ਆ ਜਾਏ ਮਤਲਬ ਡਿਲਿਊਟ ਹੋ ਜਾਏ ਜਿਹਦਾ ਕੋਈ ਸਿਗਨੀਫਿਕੈਂਸ ਨਹੀਂ ਕੋਈ ਸਿਰ ਪੈਰ ਨਹੀਂ ਤੇ ਹੁਣ ਉਹਦੇ ਵਿੱਚ ਜਿਸ ਤਰੀਕੇ ਨਾਲ ਇਹਨਾਂ ਨੇ ਉਹਨਾਂ ਨੂੰ ਕ੍ਰਿਟੀਸਾਈਜ਼ ਕੀਤਾ ਉਹਨਾਂ ਦੀ ਪ੍ਰੈਜੈਂਸ ਦੇ ਵਿੱਚ ਕੀਤਾ
ਇੱਕ ਵਿਜ਼ਿਟਿੰਗ ਗੈਸਟ ਆ ਤੁਹਾਡੇ ਤੁਹਾਡੇ ਕੋਲ ਕੋਈ ਆਏ ਚੱਲ ਕੇ ਤੇ ਮੇਰਾ ਨਹੀਂ ਖਿਆਲ ਹੈਗਾ ਕਿ ਕਿਸੇ ਨੂੰ ਦੱਸਣ ਦੀ ਲੋੜ ਹੈਗੀ ਹੈ ਕਿ ਕਿਸ ਤਰੀਕੇ ਦਾ ਬਿਹੇਵੀਅਰ ਐਕਸਪੈਕਟਡ ਹੈ। ਇੱਥੇ ਵੀ ਗੱਲ ਕਹਿਣੀ ਪੈਂਦੀ ਹੈ ਢਿੱਲੋਂ ਸਾਹਿਬ ਕਿ ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਲੀਡਰਸ਼ਿਪ ਦੀ ਕੁਆਲਿਟੀ ਹੁੰਦੀ ਹੈ ਕੀ ਹੈ ਨਾ, ਉਹਦੇ 'ਚ ਇਹ ਵੀ ਹੁੰਦਾ ਕਿ ਉਹ ਡਿਪਲੋਮੈਟਿਕ ਵੇ ਦੇ ਨਾਲ ਆਪਣੀ ਗੱਲ ਕਨਵੇ ਕਰਦਾ ਹੈਗਾ, ਵੀ ਨਾ ਕਿ ਉਹ ਵੀ ਨਾ ਤਾਂ ਸਿੱਧਾ ਕਿਸੇ ਨੂੰ ਵੀ ਟਾਂਟ ਕਰਦਾ ਹੈਗਾ, ਨਾ ਹੀ ਵੀ ਉਹ ਤਿੱਖੀ ਗੱਲ ਕਰਦਾ ਹੈਗਾ ਹੈ ਨਾ। ਕਿਸ ਤੋਂ ਉਹ ਜੇ ਉਹਨੇ ਕਿ MLA ਹੈਗਾ ਤਾਂ ਜੇ ਉਹਨੂੰ ਕਿਸੇ ਜਿਵੇਂ ਮਤਲਬ ਕਿ ਆਪਾਂ ਗੱਲ ਕਰ ਰਹੇ ਹਾਂ ਓਨਟਾਰੀਓ ਪ੍ਰੀਮੀਅਰ ਆਈ ਹੈਗੀ ਤਾਂ ਉਹਦੀਆਂ ਪੋਲਸੀਜ਼ ਜਾਂ ਉਹਦੀ ਪਰਸਨਲ ਲਾਈਫ ਨੂੰ ਲੈ ਕੇ ਤੁਸੀਂ ਨਹੀਂ ਉਹਦੇ ਨਾਲ ਐਗਰੀ ਕਰਦੇ ਹੈਗੇ, ਪਰ ਜੇ ਤੁਹਾਡੀ ਉਹ ਸਟੇਟ ਗੈਸਟ ਹੈਗੀ ਤਾਂ ਯੂ ਸ਼ੁੱਡ ਬਿਹੇਵ ਲਾਈਕ ਦੈਟ ਕਿ ਤੁਸੀਂ ਉਹਦੇ ਕਿਸ ਤਰ੍ਹਾਂ ਐਜ਼ ਏ ਹੋਸਟ ਤੁਸੀਂ ਉਹਨੂੰ ਬਿਹੇਵ ਕਰਨਾ ਹੈਗਾ। ਜੇ ਤੁਸੀਂ ਉਹਨੂੰ ਗੱਲ ਨਹੀਂ ਵੀ ਤੁਹਾਡੀ ਉਹਦੀ ਚੰਗੀ ਲੱਗਦੀ ਹੈ ਕਿ ਤੁਹਾਨੂੰ ਡਿਪਲੋਮੈਟਿਕ ਵੇ ਦੇ ਨਾਲ ਕੋਈ ਨਾ ਕੋਈ ਤਰੀਕਾ ਲੱਭਣਾ ਪਏਗਾ ਕਿ ਤੁਸੀਂ ਆਪਣਾ ਮੈਸੇਜ ਕਨਵੇ ਕਰਦੇ ਤਾਂ ਅਗਲੇ ਨੂੰ ਗੁੱਸਾ ਵੀ ਨਾ ਲੱਗੇ। ਹਾਂਜੀ, ਮੈਂ ਇੱਕ ਅਦੇ ਤੇ ਛੋਟਾ ਜਿਹਾ ਇੱਕ ਬੜਾ ਫਨੀ ਐਗਜ਼ਾਮਪਲ ਹੈਗਾ ਜੀ। ਤੁਸੀਂ ਪਿਛਲੇ ਦਿਨਾਂ ਦੇ ਉੱਤੇ ਨਿਊਜ਼ ਆਈ ਸੀਗੀ ਕਿ ਇੱਕ ਪਰਟੀਕੁਲਰ ਕੰਟਰੀ ਦੇ ਵਿੱਚ ਇੱਕ ਪਰਟੀਕੁਲਰ ਰਿਲੀਜਨ ਦੇ ਹੈੱਡ ਨੇ ਬਿੱਲੀਆਂ ਦੀ ਜਿਹੜੀ ਵੀਡੀਓਜ਼ ਨੇ ਉਹਨਾਂ ਨੂੰ ਫੇਸਬੁੱਕ ਦੇ ਉੱਤੇ ਪੋਸਟ ਕਰਨ ਦੇ ਉੱਤੇ ਬੈਨ ਲਗਾ ਤਾ। ਮੈਂ ਨਾ ਤਾਂ ਮੈਂ ਉਸ ਰਿਲੀਜਨ ਦੀ ਬੈਕਗ੍ਰਾਉਂਡ 'ਚ ਜਾਣਾ ਚਾਹੁੰਦਾ, ਨਾ ਮੈਂ ਉਸ ਕਿਸੇ ਹੋਰ ਇਸ ਤੋਂ ਬਿਯੋਂਡ ਇਸ ਤੋਂ ਡੀਪ ਜਾਣਾ ਚਾਹੁੰਦਾ। ਗੱਲ ਇਹ ਹੈਗੀ ਹੈ ਕਿ ਉਹਨਾਂ ਨੇ ਉਸ ਵੀਡੀਓਜ਼ ਨੂੰ ਪੋਸਟ ਕਰਨ ਦੇ ਉੱਤੇ ਬੈਨ ਲਗਾ ਤਾ। ਹੁਣ ਤੁਹਾਨੂੰ ਐਜ਼ ਏ ਇੰਡੀਵਿਜੁਅਲ ਲੱਗਦਾ ਕਿ ਯਾਰ ਇਹ ਜਿਹੜਾ ਬੈਨ ਹੈ ਯੂਸਲੈਸ ਬੈਨ ਹੈ, ਤੁਹਾਨੂੰ ਕਿਸੇ ਨੇ ਮਜਬੂਰ ਤਾਂ ਨਹੀਂ ਕੀਤਾ ਕਿ ਤੁਸੀਂ ਉਹ ਵੀ ਉਹੀ ਬੈਨ ਲਗਾਓ ਔਰ ਉਹੀ ਚੀਜ਼ਾਂ ਇੰਪਲੀਮੈਂਟ ਕਰੋ। ਤੁਸੀਂ ਉਹਦੇ ਨਾਲ ਡਿਫਰ ਕਰਦੇ ਹੋ, ਲੈਟ ਹਿਮ ਡੂ ਵਟ ਹੀ ਇਜ਼ ਡੂਇੰਗ, ਤੁਸੀਂ ਉਹ ਕਰੋ ਜੋ ਤੁਹਾਨੂੰ ਠੀਕ ਲੱਗਦਾ। ਸੋ ਸਿਮਿਲਰਲੀ ਅਗਰ ਤੁਹਾਨੂੰ ਉਹਨਾਂ ਦੀ ਕਿਸੇ ਇਕਨੋਮਿਕ ਫਰੰਟ ਦੇ ਉੱਤੇ ਪੋਲਿਸੀਜ਼ ਨਹੀਂ ਠੀਕ ਲੱਗੀਆਂ, ਉਹ ਤੁਹਾਨੂੰ ਇਹ ਮਜਬੂਰ ਕਰਨ ਤਾਂ ਆਏ ਨਹੀਂ ਸੀ ਕਿ ਨਹੀਂ ਨਹੀਂ ਤੁਸੀਂ ਜੋ ਹੂਬ ਹੂ ਮੈਂ ਕਰ ਰਹੀ ਹਾਂ ਉਹੀ ਤੁਸੀਂ ਕਰੋ। ਸੋ ਤੁਹਾਡੇ ਕੋਲ ਆਪਣੀ ਪ੍ਰੋਵਿੰਸ ਚਲਾਉਣ ਦੀ ਰਿਸਪੋਂਸੀਬਿਲਟੀ ਹੈ, ਤੁਹਾਨੂੰ ਐਜ਼ ਏ ਹੋਸਟ ਜੋ ਤੁਹਾਡੇ ਤੋਂ ਐਕਸਪੈਕਟਡ ਆ ਤੁਸੀਂ ਉਹ ਚੀਜ਼ ਕਰੋ। ਉਸ ਤੋਂ ਬਿਯੋਂਡ ਤੁਹਾਡੇ ਮਾਇੰਡ 'ਚ ਇਹ ਗੱਲ ਹੋਣੀ ਚਾਹੀਦੀ ਹੈ ਕਿ ਉਹ ਇੱਕ ਇੰਪੋਰਟੈਂਟ ਪ੍ਰੋਵਿੰਸ ਦੀ ਉਹ ਹੈੱਡ ਹੈਗੀ ਹੈ ਔਰ ਤੁਸੀਂ ਐਲਬਰਟਾ ਤੋਂ ਆਪਣਾ ਆਇਲ ਬਾਹਰ ਲਿਜਾਉਣ ਦੀਆਂ ਗੱਲਾਂ ਕਰ ਰਹੇ ਹੋ ਜਿਹਦੇ ਵਿੱਚ BC ਨੇ ਔਰ ਓਨਟੈਰੀਓ ਨੇ ਬਹੁਤ ਵੱਡਾ ਰੋਲ ਪਲੇ ਕਰਨਾ ਹੈ, ਤੁਹਾਡੀ ਹੈਲਪ ਕਰਨੀ ਹੈ। ਸੋ ਬਜਾਏ ਕਿ ਤੁਸੀਂ ਆਪਣੇ ਰਿਲੇਸ਼ਨਸ ਐਸੇ ਪ੍ਰੋਵਿੰਸ ਦੇ ਬੰਦਿਆਂ ਨਾਲ ਇੰਪਰੂਵ ਕਰੋ, ਆਪਣੇ ਅੱਛੇ ਤਲੁਕਾਤ ਬਣਾਓ, ਜਿਹੜੀਆਂ ਡਿਫਰੈਂਸਿਸ ਹੈਗੇ ਨੇ ਉਹਨਾਂ ਨੂੰ ਦੂਰ ਕਰੋ ਬਜਾਏ ਉੱਧਰ ਨੂੰ ਤੁਰਨ ਦੇ ਅਤੇ ਤੁਸੀਂ ਉਹਨਾਂ ਨੂੰ ਨਵੀਆਂ ਚੀਜ਼ਾਂ ਗੱਲ। ਪਰ ਇੱਥੇ ਵੀ ਸਾਡੇ ਦਰਸ਼ਕ ਜਾਣਨਾ ਚਾਹੁੰਦੇ ਆਖਰ ਗੱਲ ਹੋਈ ਕੀ ਹੈਗੀ ਹੈ, ਵੀ ਕੀ ਜਿਵੇਂ ਵਾਈਡਰੋਜ਼ ਪਾਰਟੀਆਂ ਦਾ ਕਿਸ ਤਰ੍ਹਾਂ ਦਾ ਬਿਹੇਵੀਅਰ ਰਿਹਾ ਕਿ ਬਾਅਦ 'ਚ ਉਹਨਾਂ ਨੂੰ ਮਾਫ਼ੀ ਵੀ ਮੰਗਣੀ ਪਈ ਔਰ ਉਸ ਤੋਂ ਬਾਅਦ 'ਚ ਜਿਹੜਾ ਇੱਕ MLA ਨੂੰ ਮਿਸਟਰ ਡਰੈਕ ਨੂੰ ਜਿਹੜਾ ਹੈਗਾ ਉਹਨਾਂ ਨੇ ਬਾਹਰ ਵੀ ਕੱਢਣੇ ਪਿਆ ਹੈਗਾ, ਸਾਰੇ ਕੈਨੇਡਾ ਨਾਲੋਂ ਸਭ ਤੋਂ ਜ਼ਿਆਦਾ ਅਗਰ ਕਰਜ਼ਾ ਅਗਰ ਕਿਸੇ ਪ੍ਰੋਵਿੰਸ 'ਤੇ ਹੈਗਾ ਤਾਂ ਓਨਟੈਰੀਓ 'ਚ ਹੈਗਾ। ਹੁਣ ਆਪਾਂ ਇਹ ਛੋਟੀ ਜਿਹੀ ਇਸ ਗੱਲ ਨੂੰ ਹੀ ਫੜ ਲਈਏ, ਮੈਂ ਕਹਿੰਦਾ ਇਹ ਫੈਕਟ ਹੋਵੇ, ਇੱਕ ਮਿੰਟ ਲਈ ਮੰਨ ਲਿਆ ਜਾਵੇ ਇਹ ਫੈਕਟ ਹੈ, ਵਾਈ ਇਜ਼ ਅਲਬਰਟਾ ਕੰਸਰਨ, ਠੀਕ ਹੈ ਜੀ, ਤੁਹਾਨੂੰ ਤੁਹਾਡੇ 43 ਸਾਲ ਦੇ ਕੰਜ਼ਰਵੇਟਿਵ ਦੇ ਰਾਜ ਤੋਂ ਬਾਅਦ NDP ਨੂੰ ਮੌਕਾ ਮਿਲਿਆ ਆ ਸਰਕਾਰ ਚਲਾਉਣ ਦਾ, ਤੁਸੀਂ ਅਪੋਜੀਸ਼ਨ 'ਚ ਬੈਠੇ ਹੋ, ਤੁਸੀਂ ਇਹ ਦੇਖੋ ਕਿ ਤੁਹਾਡਾ ਜਿੰਨਾ NDP ਦੀ ਰਿਸਪੋਂਸੀਬਿਲਟੀ ਹੈ ਉਨੀ ਵਾਈਲਡਰੋਜ਼ ਦੀ ਰਿਸਪੋਂਸੀਬਿਲਟੀ ਹੈ ਇੱਕ ਮੈਚਿਓਰਡ ਅਪੋਜੀਸ਼ਨ ਬਣ ਕੇ ਸਾਹਮਣੇ ਆਉਣ ਦੀ ਅਤੇ ਇਹ ਇਨਸ਼ੋਰ ਕਰਨ ਦੀ ਕਿ ਤੁਸੀਂ ਰਿਚਲ ਨੋਟਲੇ ਨੂੰ ਹੈਲਪ ਕਰੋ ਜਿੱਥੇ ਉਹ ਗਲਤ ਹੈ ਉਹਨੂੰ ਰੋਕੋ ਔਰ ਆਪਣੇ ਜਿਹੜੇ ਪ੍ਰੋਵਿੰਸ ਦੇ ਜਿਹੜੇ ਵੋਟਰ ਹੈਗੇ ਉਹਨਾਂ ਨੂੰ ਕਨਵਿੰਸ ਕਰੋ ਕਿ ਦੇਖੋ ਜੀ ਮੇਰੇ ਕੋਲ ਇਹ ਜੋ ਰਿਚਲ ਮੋਟਲੇ ਕਰ ਰਹੇ ਨੇ ਉਹਨਾਂ ਤੋਂ ਹਟ ਕੇ ਮੇਰੇ ਕੋਲ ਵਧੀਆ ਪਲਾਨ ਹੈ। ਤੁਹਾਡੇ ਕੋਲ ਰਿਸਪੋਂਸੀਬਿਲਟੀ ਹੈ ਐਜ਼ ਏ ਸ਼ੈਡੋ ਫਾਈਨੈਂਸ ਮਿਨਿਸਟਰ, ਤੁਸੀਂ ਕੰਮ ਕਰ ਰਹੇ ਹੋ ਜਾਂ ਐਕਸਪੈਕਟ ਕੀਤਾ ਜਾ ਰਿਹਾ, ਤੁਸੀਂ ਹੁਣ ਤੱਕ ਤੇ ਇੰਨਾ ਟਾਈਮ ਹੋ ਗਿਆ, ਯੂ ਹੈਵ ਨਾਟ ਕਮ ਆਊਟ ਵਿਦ ਐਨੀਥਿੰਗ, ਤੁਹਾਡੀਆਂ ਪਲਾਨਸ ਹਵਾ 'ਚ ਨੇ ਤੇ ਤੁਸੀਂ ਅਲਟੀਮੇਟਲੀ ਉੱਠ ਕੇ ਇੱਕ ਰਿਸਪੋਂਸੀਬਲ ਪ੍ਰੋਵਿੰਸ ਦੀ ਉਹ ਹੈੱਡ ਹੈਗੀ ਆ, ਤੁਸੀਂ ਉਹਨੂੰ ਕ੍ਰਿਟੀਸਾਈਜ਼ ਕਰ ਰਹੇ ਹੋ। ਮੇਰਾ ਖਿਆਲ ਹੈ ਇਟ ਵਾਜ਼ ਅ ਚਾਈਲਡਿਸ਼ ਬਿਹੇਵੀਅਰ ਔਨ ਹਿਸ ਪਾਰਟ, ਹੀ ਸ਼ੁੱਡ ਬੀ ਅਸ਼ੇਮਡ ਆਫ ਵਟ ਹੀ ਹੈਜ਼ ਡਨ ਐਂਡ ਔਨ ਟੋਪ ਆਫ ਇਟ ਜਿਹੜੀ ਹੁਣ ਤੁਸੀਂ ਅਪੋਜੀਸ਼ਨ ਦੇ ਲੀਡਰ ਹੈਗੇ ਨੇ ਜੀ ਉਹਨਾਂ ਦੇ ਵਾਈਲਡਰੋਜ਼ ਦੇ ਬ੍ਰਾਇਨ ਜੀਨਸ, ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਜੀ ਅਸੀਂ ਉਹਨਾਂ ਨੂੰ ਕੱਢਿਆ ਜ਼ਰੂਰ ਹੈ ਪਰ ਉਹ ਬਿਲਕੁਲ ਜੀ ਤਿਆਰ ਹੈਗੇ ਨੇ, ਅਸੀਂ ਉਹਨਾਂ ਨੂੰ ਸਾਡੇ ਬਹੁਤ ਕਲੋਜ਼ ਦੋਸਤ ਨੇ ਬਹੁਤ ਫਰੈਂਡ ਨੇ ਉਹ ਜਦੋਂ ਕੁਛ ਕੰਡੀਸ਼ਨਸ ਉਹ ਆਪਣੀਆਂ ਜਿਹੜੀਆਂ ਨੇ ਪੂਰੀਆਂ ਕਰਨਗੇ ਅਤੇ ਅਸੀਂ ਜੀ ਉਹਨਾਂ ਨੂੰ ਕੋਕਸ ਵਿੱਚ ਵਾਪਸ ਲੈ ਲੈਣਾ। ਸੋ ਦੈਟ ਮੀਨਸ ਇਹ ਹੈਗਾ ਕਿ ਤੁਸੀਂ ਐਜ਼ ਐ ਅਪੋਜੀਸ਼ਨ ਯੂ ਆਰ
probably more concerned about your own person and importance ke ji haan ji eh sesmore brooks to ji badi important or not only from that angle ke haan ji eh economics de utte ji eh bada expert hai ga finance de matters de bada expert hai is karke sanu load hai is karke assi ni baki galla ignore kar dange mera khayal isse cheez ne onu arrogant banaya ke shayad I am indispensable ke mere bina province da kam nahi chal sakda ya wildrose da kam nahi chal sakda so it is a sheer ਇਨ ਜਨਰਲ ਬਿਹੇਵੀਅਰ ਵਾਸਤੇ ਉੱਥੇ ਅਪੋਲੋਜਾਈਜ਼ ਕਰਦੇ ਨੇ ਤੁਸੀਂ ਬਾਹਰ ਆਉਂਦੇ ਹੋ ਤੇ ਤੁਸੀਂ ਸ਼ਾਮ ਨੂੰ ਆ ਕੇ ਇੱਕ ਪਰਸਨਲ ਉਹਨਾਂ ਦੇ ਜਿਹੜਾ ਐਸਪੈਕਟ ਹੈਗਾ ਆ ਪਰਸਨੈਲਿਟੀ ਦਾ ਉਹਨੂੰ ਲੈ ਕੇ ਤੁਸੀਂ ਇੱਕ ਐਸੀ ਟਿੱਪਣੀ ਕਰਦੇ ਹੋ ਜਾਂ ਉਹਨੂੰ ਐਪਰੀਸ਼ੀਏਟ ਕਰ ਦਿੰਦੇ ਹੋ ਔਰ ਫਿਰ ਤੁਸੀਂ ਕਹਿੰਦੇ ਹੋ ਕਿ ਨਹੀਂ ਸੌਰੀ ਮੈਂ ਨਾ ਜੀ ਮੈਸੇਜ ਪੜਿਆ ਨਹੀਂ ਸੋ ਅਗਰ ਤੁਸੀਂ ਅੱਜ ਇਹ ਗੱਲ ਕਹਿੰਦੇ ਹੋ ਕਿ ਮੈਂ ਮੈਸੇਜ ਨਹੀਂ ਪੜਿਆ ਇਹਦਾ ਮਤਲਬ ਕੱਲ੍ਹ ਨੂੰ ਤੁਸੀਂ ਇੱਕ ਕਾਨੂੰਨ ਬਣਾ ਦੋਗੇ ਤੇ ਤੁਸੀਂ ਕਹੋਗੇ ਸੌਰੀ ਜੀ ਮੈਂ ਅੱਧਾ ਕਾਨੂੰਨ ਪੜਿਆ ਨਹੀਂ ਸੀ ਕਿਉਂਕਿ ਮੇਰੇ ਕੋਲ ਟਾਈਮ ਨਹੀਂ ਸੀਗਾ ਸੋ ਇਟਸ ਆਲ ਰਬਿਸ਼ ਆਈ ਥਿੰਕ ਇਹ ਤੇ ਚਲੋ ਉਹਨਾਂ ਨੂੰ ਪਤਾ ਹੈਗਾ ਵੀ ਪੜ ਕੇ ਉਹਨਾਂ ਨੇ ਕਮੈਂਟ ਕੀਤਾ ਬਿਲਕੁਲ ਹਾਂਜੀ ਸੋ ਡੈਲੀਬਰੇਟ ਅਟੈਂਪਟ ਹੈਗੀ ਹੈ ਔਰ ਜੋ ਵੀ ਇਹੋ ਜਿਹੀਆਂ ਪਰਸਨੈਲਿਟੀਜ਼ ਬੋਲਦੀਆਂ ਨੇ ਉਹ ਪਰਸਨੈਲਿਟੀਜ਼ ਨੂੰ ਇਹ ਸੋਚ ਕੇ ਚੱਲਣਾ ਚਾਹੀਦਾ ਕਿ ਇਹਦੇ ਡੀਪ ਰੂਟਡ ਔਰ ਲੌਂਗ ਲਾਸਟਿੰਗ ਇੰਪੈਕਟ ਹੁੰਦਾ ਆ ਇਹਨਾਂ ਸਟੇਟਮੈਂਟਸ ਦਾ ਸੋ ਅਗਰ ਅਸੀਂ ਕੋਈ ਵੀ ਚੀਜ਼ ਬੋਲਦੇ ਹਾਂ ਔਰ ਜਿਹੜੀ ਚੀਜ਼ ਅਸੀਂ ਇੱਕ ਰਿਸਪੋਂਸੀਬਲ ਪੋਜੀਸ਼ਨ ਤੇ ਬਹਿ ਕੇ ਵੀ ਅਗਰ ਅਸੀਂ ਧਿਆਨ ਨਾਲ ਨਹੀਂ ਬੋਲਣਾ ਜਾਂ ਐਕਟ ਨਹੀਂ ਕਰਨਾ ਤੇ ਆਈ ਡੋਂਟ ਥਿੰਕ ਕਿ ਦੈਟਸ ਦਾ ਰਾਈਟ ਵੇ ਆਫ ਪਰ ਫਿਰ ਵੀ ਮੈਂ ਦੱਸ ਦੇਣੀ ਚਾਹਾਂਗਾ ਕਿ ਵਾਈਟਰੋਸ ਨੂੰ ਔਰ ਇੱਥੇ ਦੇ ਸਿਸਟਮ ਨੂੰ ਕਿ ਇੱਕ ਕਮੈਂਟ ਕਰਕੇ ਕਿ MLA ਨੂੰ ਜਿਹੜਾ ਹੈਗਾ ਵੀ ਬਾਹਰ ਕੱਢ ਦਿੰਦੇ ਹੈਗੇ ਸਾਡੇ ਤੇ ਜੇ ਹਿੰਦੁਸਤਾਨ ਦੀ ਗੱਲ ਕਰੀਏ ਤਾਂ ਉੱਥੇ ਕਈਆਂ ਤੇ ਰੇਪ ਦੇ ਚਾਰਜਸ ਵੀ ਹੈਗੇ ਉਹ ਵੀ ਫੈਡਰਲ ਮਿਨਿਸਟਰ ਬਣੇ ਰਹਿੰਦੇ ਹੈਗੇ ਚੱਲੀ ਜਾਂਦਾ ਜੀ ਜਿਨ੍ਹਾਂ ਦੇ ਡਰੱਗ ਮਾਫੀਆ ਦੇ ਜਿਹੜੇ ਲਿੰਕ ਦੇ ਜਿਹੜੇ ਹੈਗੇ ਇਲਜ਼ਾਮ ਲੱਗਦੇ ਉਹ ਵੀ ਜਿਹੜੇ ਹੈਗੇ ਕੈਬਨਿਟ ਮਿਨਿਸਟਰ ਬਣੇ ਰਹਿੰਦੇ ਹੈਗੇ ਨੇ ਅਤੇ ਮੈਂ ਤਾਂ ਸਲੂਟ ਕਰਦਾ ਵੀ ਕੈਨੇਡਾ ਦੇ ਇਸ ਸਿਸਟਮ ਨੂੰ ਜਿਹੜੀ ਕਿ ਨਿੱਕੀ ਜਿਹੀ ਗੱਲ ਕਰਕੇ ਵੀ ਜਿਹੜਾ ਹੈਗਾ ਆਪਣੇ MLA ਨੂੰ ਜਿਹੜਾ ਹੈਗਾ ਬਾਹਰ ਕੱਢ ਬਾਹਰ ਦਾ ਜਿਹੜਾ ਰਸਤਾ ਦਿਖਾ ਸਕਦੇ ਹਨ ਹਾਂਜੀ ਤਾਂ ਦੋਸਤੋ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ 'ਚ